ਸਾਨੂੰ ਔਰੰਗਜ਼ੇਬ ਔਰੰਗਜ਼ੇਬ ਦਿਖਾਇਆ ਜਾਂਦਾ ਸਿੱਧੇ ਤੌਰ ਤੇ। ਮੈਂ ਦੱਸੋ ਪੁੱਛਾਂ, ਔਰੰਗਜ਼ੇਬ ਤਾਂ ਦੂਜੇ ਧਰਮ ਦਾ ਸੀ ਹਨਾ, ਪ੍ਰਿਥੀ ਚੰਦ ਕੌਣ ਸੀ? ਚੌਥੀ ਪਾਤਸ਼ਾਹੀ ਦਾ ਬੇਟਾ, ਪੰਜਵੀਂ ਪਾਤਸ਼ਾਹੀ ਦਾ ਵੱਡਾ ਭਰਾ ਤੇ ਛੇਵੀਂ ਪਾਤਸ਼ਾਹੀ ਦਾ ਤਾਇਆ, ਕੀ ਕਹੋਗੇ? ਗੁਰੂ ਘਰ ਦਾ ਨੌਨਿਹਾਲ ਧੀਰਮਲ ਕੌਣ ਸੀ? ਕੌਣ ਸੀ ਇਹ ਲੋਕ? ਤੇ ਉਹ ਤਾਂ ਪੁਰਾਣੀ ਗੱਲ ਹੋ ਗਈ, ਹੁਣ ਸਾਡੇ ਸਾਹਮਣੇ ਦੀਆਂ ਗੱਲਾਂ ਨੇ। ਕੇ ਪੀ ਐਸ ਗਿੱਲ ਕੌਣ ਸੀ? ਬੇਅੰਤ ਸਿੰਘ ਕੌਣ ਸੀ? ਹਰਿਮੰਦਰ ਸਾਹਿਬ ਨੂੰ ਟਾਟੇਰੀ ਕਰਨ ਵਾਲਾ ਅਕਾਲ ਤਖ਼ਤ ਨੂੰ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਕੌਣ ਸੀ? ਰਮੇਸ਼ ਇੰਦਰ ਸਿੰਘ ਕੌਣ ਸੀ ਜਿਹਨੂੰ ਰਾਤ ਨੂੰ 12 ਵਜੇ ਬਿਹਾਰ ਕੱਟ ਤੋਂ ਲਿਆ ਕੇ ਅੰਮ੍ਰਿਤਸਰ ਦਾ ਡੀਸੀ ਲਾਇਆ ਗਿਆ? ਤੇ ਅਟੈਕ ਦੇ ਹਮਲੇ ਤੇ ਸਾਈਨ ਕਰਨ ਵਾਲਾ ਗਿਆਨੀ ਜੈ ਸਿੰਘ ਕੌਣ ਸੀ? ਮੈਂ ਪੁੱਛਿਆ ਤੁਹਾਨੂੰ ਕੌਣ ਸੀ? ਸਿੱਖਣੀ ਸੀ ਪੰਜਵੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਆਸਾ ਮੁਹੱਲਾ ਪੰਜਵਾਂ ਅੰਗ 407, ਅਹਿਕਰ ਕਰੇ ਸੋ ਅਹਿਕਰ ਪਾਏ, ਕੋਈ ਨਾ ਪਕੜੀ ਕਿਸੇ ਥਾਏ। ਕਿਸੇ ਇੱਕ ਦੇ ਕਿਤੇ ਦੋਸ਼ ਚ ਦੂਜੇ ਨੂੰ ਫੜਨਾ ਕੋਈ ਯੋਗ ਤੇ ਚੰਗੀ ਗੱਲ ਨਹੀਂ ਹੈ। ਜਿਸ ਦਾ ਦੋਸ਼ ਹੋਵੇ ਉਸੇ ਨੂੰ ਸਜ਼ਾ ਦਿੱਤੀ ਜਾਵੇ, ਕਿਉਂਕਿ ਕਰੇ ਕੋਈ ਭਰੇ ਕੋਈ, ਇਹ ਗੱਲ ਨਿਆਂਪੂਰਵਕ ਨਹੀਂ ਕਹੀ ਜਾ ਸਕਦੀ। ਕਲਯੁਗ ਸੱਚ ਨਿਆਂ ਹੈ, ਜੋ ਵਿਗਾੜੇ ਪਾਵੇ ਸੋਏ, ਹੋਰ ਕਿਸੇ ਨਾ ਮਾਰੀਏ ਭਾਵੇਂ ਕੋਈ ਹੋਏ, ਜਿਹੜਾ ਅੰਗ ਗੁਨਾਹ ਕਰੇ ਤਿਸ ਅੱਗੇ ਮਿਲੇ ਸਜਾਏ, ਵਿੱਚ ਕਿਤਾਬਾਂ ਲਿਖਿਆ ਆਖਿਆ ਪਾਕ ਖੁਦਾ। ਸ਼੍ਰੀ ਗੁਰੂ ਨਾਨਕ ਸਾਹਿਬ ਤਾਂ ਉੱਪਰ ਕਿੱਥੇ ਗਏ? ਸਮਝਣ ਦੀ ਲੋੜ ਹੈ, ਅਸੀਂ ਇਨਸਾਨ ਬਣੀਏ, ਇਨਸਾਨੀਅਤ ਬੜੀ ਚੀਜ਼ ਹੈ।